ਦੇਸ਼ ਦੇ ਜਵੈਲਰੀ ਬਾਜ਼ਾਰ ਦੇ ਵਿੱਚ ਸੋਨਾ ਪਹਿਲੀ ਵਾਰ 76,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਵਿਸ਼ਵ ਕਾਰੋਬਾਰ ਖਤਮ ਹੋਣ ਦੇ ਸਮੇਂ ਇਹ 76,000 ਤੋਂ ਥੱਲੇ ਬੰਦ ਹੋਇਆ, ਲੇਕਿਨ ਸੋਨੇ ਵਿੱਚ ਤੇਜ਼ੀ ਲਗਾਤਾਰ ਜਾਰੀ ਹੈ। ਆਮ ਬਜਟ ਦੇ ਵਿੱਚ ਸੋਨੇ ਤੇ ਆਯਾਤ ਸ਼ੁਲਕ 9% ਘਟਾਏ ਜਾਣ ਦੇ ਬਾਅਦ ਭਾਰੀ ਡਿਮਾਂਡ ਨਿਕਲੀ ਹੈ। ਨਤੀਜਤਨ ਸੋਨਾ 3.75% ਚੜ ਗਿਆ ਹੈ। ਮੁੰਬਈ ਦੇ ਵਿੱਚ ਬੀਤੇ ਦਿਨ 24 ਕੈਰੇਟ ਸੋਨਾ 75,964 ਰੁਪਏ 10 ਗ੍ਰਾਮ ਰਿਹਾ, ਜੋ ਕਿ 22 ਜੁਲਾਈ ਨੂੰ 73,218 ਰੁਪਏ ਪ੍ਰਤੀ 10 ਗ੍ਰਾਮ ਸੀ। ਘਰੇਲੂ ਡਿਮਾਂਡ ਦੇ ਨਾਲ ਇਜ਼ਰਾਈਲ ਹਮਾਸ ਸੰਘਰਸ਼ ਦੀ ਸੋਨੇ ਦੀ ਕੀਮਤਾਂ ਵਿੱਚ ਬੜੋਤਰੀ ਦੇ ਵਿੱਚ ਅਹਿਮ ਭੂਮਿਕਾ ਰਹੀ। ਸੋਨਾ ਇਸ ਸਾਲ ਦੇ ਥੱਲੜੇ ਪੱਧਰ 61,508 ਰੁਪਏ ਤੋਂ 23.58% ਤੱਕ ਚੜ ਚੁੱਕਿਆ ਹੈ। ਵਰਲਡ ਗੋਲਡ ਕਾਉਂਸਲ WUGC ਦਾ ਮੰਨਣਾ ਹੈ ਕਿ ਇਸ ਵਾਰ ਭਾਰਤ ਵਿੱਚ 100 ਟਨ ਜ਼ਿਆਦਾ ਸੋਨਾ ਆਵੇਗਾ। ਇਸ ਦੀ ਕੜੀ ਵਜ੍ਹਾ ਆਯਾਤ ਸ਼ੁਲਕ ਘਟਣ ਦੇ ਬਾਅਦ ਵੱਧੀ ਮੰਗ ਹੈ। ਆਯਾਤ ਸ਼ੁਲਕ ਘਟਣ ਦੇ ਬਾਅਦ 1 ਮਹੀਨੇ ਵਿੱਚ ਹੀ ਦੇਸ਼ ਵਿੱਚ ਹੋਣ ਵਾਲੇ ਸੋਨੇ ਦਾ ਮਾਸਿਕ ਆਯਾਤ 3 ਗੁਣਾ ਜ਼ਿਆਦਾ ਹੋ ਗਿਆ ਹੈ। ਐਕਸਪਰਟ ਦਾ ਮੰਨਣਾ ਹੈ ਕਿ ਇਜ਼ਰਾਈਲ ਦੀ ਇਰਾਨ ਦੀ ਜਵਾਬੀ ਕਾਰਵਾਈ ਦੇ ਨਾਲ ਸੋਨੇ ਦੀ ਕੀਮਤਾਂ ਵਿੱਚ ਅਪ੍ਰਤਿਆਸ਼ਿਤ ਤੇਜ਼ੀ ਆ ਸਕਦੀ ਹੈ। ਡਾਲਰ ਇੰਡੈਕਸ ਕਮਜ਼ੋਰ ਹੋਣ ਦੇ ਨਾਲ ਵੀ ਸੋਨੇ ਨੂੰ ਮਜ਼ਬੂਤੀ ਮਿਲ ਰਹੀ ਹੈ। ਜਵੈਲਰਸ ਦਾ ਮੰਨਣਾ ਹੈ ਕਿ ਤਿਉਹਾਰਾਂ ਦੇ ਤਤਕਾਲ ਬਾਅਦ ਵਿਆਹ ਦਾ ਵਿਅਸਤ ਦੌਰ ਸ਼ੁਰੂ ਹੋਣ ਵਾਲਾ ਹੈ, ਇਸ ਲਈ ਜਵੈਲਰਸ ਉਸੇ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਸਟੋਕ ਵਧਾ ਰਹੇ ਹਨ। ਸੋਨਾ ਇਸ ਮਹੀਨੇ ਦੇ ਅਖੀਰ ਤੱਕ ਯਾਨੀ ਦੀਵਾਲੀ ਤੋਂ ਪਹਿਲਾਂ $2,700 ਪ੍ਰਤੀ ਆਉਂਸ ਯਾਨੀ ਭਾਰਤੀ ਰੁਪਿਆਂ ਦੇ ਮੁਤਾਬਿਕ 76,700 ਰੁਪਏ ਵੀ ਪਾਰ ਜਾ ਸਕਦਾ ਹੈ। 31 ਮਾਰਚ 2025 ਤੋਂ ਪਹਿਲਾਂ ਇਹ ਅੰਕੜਾ 78,110 ਰੁਪਏ 10 ਗ੍ਰਾਮ ਤੱਕ ਵੱਧ ਸਕਦਾ ਹੈ। ਤਾਜੀਹਾ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਦਕਿ ਸੋਨਾ 76,000 ਰੁਪਏ ਕਰੋਸ ਕਰ ਚੁੱਕਿਆ ਹੈ। ਕੇਂਦਰ ਸਰਕਾਰ ਨੇ 23 ਜੁਲਾਈ ਵਿੱਚ ਪੇਸ਼ ਆਮ ਬਜਟ ਵਿੱਚ ਸੋਨੇ ਦੇ ਆਯਾਤ ਕੀਮਤਾਂ ਵਿੱਚ 6% ਕਟੌਤੀ ਕੀਤੀ ਸੀ। ਇਸ ਦੇ ਨਾਲ ਸੋਨੇ ਦੀ ਆਯਾਤ ਦੇਸ਼ ਦੇ ਵਿੱਚ 3 ਗੁਣਾ ਹੋ ਗਿਆ ਸੀ। ਅਗਸਤ ਦੇ ਵਿੱਚ ਕੁੱਲ $10 ਅਰਬ ਦਾ ਸੋਨਾ ਦੇਸ਼ ਵਿੱਚ ਆਇਆ। ਇਸ ਦੇ ਨਾਲ 1 ਮਹੀਨੇ ਪਹਿਲਾਂ ਜੁਲਾਈ ਦੇ ਵਿੱਚ ਮਹਿਜ $3 ਅਰਬ ਦਾ ਹੀ ਸੋਨਾ ਦੇਸ਼ ਵਿੱਚ ਆਇਆ ਸੀ। ਦੇਸ਼ ਦੇ ਵਿੱਚ ਇਸ ਵਾਰ ਫੈਸਟਿਵ ਸੀਜ਼ਨ ਅਤੇ ਇਸ ਦੇ ਬਾਅਦ ਵਿਆਹਾਂ ਦੇ ਸੀਜ਼ਨ ਵਿੱਚ ਗੋਲਡ ਦੀ ਡਿਮਾਂਡ 30% ਤੱਕ ਜ਼ਿਆਦਾ ਰਹਿਣ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ। ਵਰਲਡ ਗੋਲਡ ਕਾਉਂਸਲ ਦਾ ਮੰਨਣਾ ਹੈ ਕਿ ਇਸ ਸਾਲ ਭਾਰਤ ਵਿੱਚ 100 ਟਨ ਜ਼ਿਆਦਾ ਸੋਨੇ ਦਾ ਆਯਾਤ ਹੋਣ ਦੀ ਸੰਭਾਵਨਾ ਬਣ ਰਹੀ ਹੈ। ਯਾਨੀ ਇਸ ਸਾਲ ਦੇਸ਼ ਵਿੱਚ ਕੁੱਲ 850 ਟਨ ਸੋਨਾ ਆਵੇਗਾ। ਪਿਛਲੇ ਸਾਲ ਇਹ ਅੰਕੜਾ 750 ਟਨ ਤੱਕ ਹੀ ਪਹੁੰਚਿਆ ਸੀ। ਯਾਨੀ ਜਿਸ ਤਰੀਕੇ ਦੇ ਨਾਲ ਹੁਣ ਸੋਨੇ ਦੀਆਂ ਕੀਮਤਾਂ 1 ਲੱਖ ਰੁਪਏ ਤੱਕ ਪਹੁੰਚਣ ਵਾਲੀਆਂ ਨੇ, ਅਜਿਹੇ 'ਚ ਆਮ ਮੱਧ ਵਰਗੀ ਪਰਿਵਾਰਾਂ ਦੇ ਵਿੱਚ ਸੋਨਾ ਖਰੀਦਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਚੁੱਕਿਆ ਹੈ। ਕਿਉਂਕਿ ਗਰੀਬ ਤੋਂ ਗਰੀਬ ਪਰਿਵਾਰ ਵੀ ਜਦੋਂ ਆਪਣੇ ਬੱਚਿਆਂ ਦੀ ਧੀ ਪੁੱਤਰ ਦੀ ਸ਼ਾਦੀ ਕਰਦੇ ਹਨ ਤਾਂ ਇੱਕ ਸੋਨਾ ਹੀ ਐਸਾ ਸਾਡੇ ਰੀਤੀ ਰਿਵਾਜ਼ਾਂ ਦੇ ਵਿੱਚ ਆਉਂਦਾ ਹੈ ਕਿ ਆਪਦੀ ਗੁੰਜਾਇਸ਼ ਦੇ ਮੁਤਾਬਿਕ ਗਰੀਬ ਤੋਂ ਗਰੀਬ ਪਰਿਵਾਰ ਵੀ ਘੱਟ ਤੋਂ ਘੱਟ ਸੋਨਾ ਪਾਉਂਦਾ ਹੈ। ਲੇਕਿਨ ਜਿਸ ਤਰੀਕੇ ਦੇ ਨਾਲ ਕੀਮਤਾਂ ਸੋਨੇ ਦੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਅਤੇ ਮਾਰਚ 2025 ਦੇ ਵਿੱਚ ਇਹ ਅੰਕੜਾ ਦੱਸਿਆ ਜਾ ਰਿਹਾ ਕਿ 80,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚਣ ਦੇ ਇਸਦੀ ਕੀਮਤਾਂ ਦੇ ਅਨੁਮਾਨ ਹਨ ਤਾਂ ਇਹ ਬਹੁਤ ਜ਼ਿਆਦਾ ਰਿਕਾਰਡ ਤੋੜ ਮਹਿੰਗਾ ਸੋਨਾ ਹੋ ਜਾਵੇਗਾ। ਕਿਉਂਕਿ ਭਾਰਤ ਦੇ ਇਤਿਹਾਸ ਦੇ ਵਿੱਚ ਅੱਜ ਤੋਂ ਪਹਿਲਾਂ ਇਸ ਤਰੀਕੇ ਦਾ ਮਹਿੰਗਾ ਸੋਨਾ ਕਦੇ ਵੇਖਣ ਨੂੰ ਨਹੀਂ ਮਿਲਿਆ।